ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਸਿਮਰਨ ਸਿੰਘ ਲੈ ਕੇ ਹਾਜ਼ਰ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਸ ਹਫ਼ਤੇ ਦੀਆਂ ਕੁਝ ਖਾਸ ਸਰਗਰਮੀਆਂ, ਗੂੰਜਾਂ ਸਿੱਖ ਵਿਰਸੇ ਦੀਆਂ। ਦਿੱਲੀ ਓਲੰਪਿਕ ਖੇਡਾਂ 2024 ਵਿਖੇ ਗੱਤਕਾ ਮੁਕਾਬਲੇ ਦੀਆਂ ਜੇਤੂ ਟੀਮਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਆਲ ਇੰਡੀਆ ਗੱਤਕਾ ਫੈਡਰੇਸ਼ਨ ਅਤੇ ਦਿੱਲੀ ਗੱਤਕਾ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ ਮਾਤਾ ਸੁੰਦਰੀ ਕਾਲਜ ਫੋਰ ਵੁਮੈਨ ਵਿਖੇ ਕਰਵਾਇਆ ਗਿਆ, ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਹੁੰਚੇ ਅਤੇ ਜੇਤੂ ਟੀਮਾਂ ਦੀਆਂ ਹੌਸਲਾ ਅਫਜ਼ਾਈ ਕੀਤੀ। ਮੰਚ 'ਤੇ ਬੈਠੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੇਰੇ ਸਹਿਯੋਗੀ ਸਾਥੀ ਸਰਦਾਰ ਜਤਿੰਦਰਪਾਲ ਸਿੰਘ ਜੀ ਗੋਲਡੀ ਜੀ, ਸਰਦਾਰ ਜਸਪ੍ਰੀਤ ਸਿੰਘ ਜੀ, ਵਿੱਕੀ ਮਾਨ ਜੀ, ਆਲ ਇੰਡੀਆ ਗੱਤਕਾ ਫੈਡਰੇਸ਼ਨ ਔਰ ਦਿੱਲੀ ਗੱਤਕਾ ਐਸੋਸੀਏਸ਼ਨ ਦੇ ਸਮੂਹ ਮੈਂਬਰ ਸਾਹਿਬਾਨ, ਸਰਦਾਰ ਜ਼ੋਰਾਵਰ ਸਿੰਘ ਜੀ, ਸਰਦਾਰ ਸੁਰਿੰਦਰ ਸਿੰਘ ਜੀ, ਹੰਸਪਾਲ ਜੀ, ਸਰਦਾਰ ਗੁਰਮੀਤ ਸਿੰਘ ਜੀ ਔਰ ਰੂਬੀ ਜੀ, ਔਰ ਇੱਥੇ ਬੈਠੇ ਬਹੁਤ ਹੀ ਸਤਿਕਾਰਯੋਗ ਪੰਥ ਦਰਦੀ ਕੌਮ ਦੀ ਪਨੀਰੀ ਸਮੂਹ ਸੰਗਤ ਨੂੰ ਗੁਰੂ ਮਹਾਰਾਜ ਦੀ ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗਾ ਸਾਰੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਇਸ ਓਲੰਪਿਕ ਦੇ ਵਿੱਚ ਪਾਰਟੀਸੀਪੇਟ ਕੀਤਾ, ਔਰ ਉਹਨਾਂ ਬੱਚਿਆਂ ਨੇ ਵੀ ਖਾਸ ਤੌਰ 'ਤੇ ਉਹਨਾਂ ਨੂੰ ਵੀ ਵਧਾਈ ਦੇਵਾਂਗਾ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੀ ਇਸ ਵਿਰਾਸਤ ਦੇ ਨਾਲ ਜੁੜੇ ਹੋਏ। ਕਿਉਂਕਿ ਗੱਤਕਾ ਸਿੱਖਣਾ, ਗੱਤਕਾ ਸਿਖਾਉਣਾ ਮੈਂ ਸਮਝਦਾ ਕਿ ਖਾਲੀ ਇੱਕ ਖੇਡ ਨਹੀਂ ਹੈ, ਇਹ ਆਪਣੀ ਗੁਰੂ ਸਾਹਿਬਾਂ ਦੀ ਬਖਸ਼ੀ ਇੱਕ ਵਿਰਾਸਤ ਹੈ, ਔਰ ਇਸ ਵਿਰਾਸਤ ਨੂੰ ਜਿਸ ਸੋਹਣੇ ਤਰੀਕੇ ਦੇ ਨਾਲ ਤੁਸੀਂ ਸਾਰਿਆਂ ਨੇ ਸਾਂਭ ਕੇ ਰੱਖਿਆ, ਵਾਕਈ ਤੁਹਾਡੇ ਉੱਤੇ ਗੁਰੂ ਮਹਾਰਾਜ ਦੀ ਆਪਣੀ ਅਪਾਰ ਕਿਰਪਾ, ਤੁਹਾਡੇ ਵੱਡੇ ਵਡੇਰਿਆਂ ਦਾ ਆਸ਼ੀਰਵਾਦ ਹੈ ਜਿਹੜੇ ਤੁਸੀਂ ਇਸ ਵਿਰਾਸਤ ਨੂੰ ਸਾਂਭ ਕੇ ਚੱਲ ਰਹੇ ਹੋ। ਹੁਣ ਮੈਂ ਆਉਣ ਤੋਂ ਬਾਅਦ ਪਰਫਾਰਮੈਂਸ ਦੇਖੀ ਮਾਤਾ ਸੁੰਦਰੀ ਕਾਲਜ ਦੇ ਬੱਚਿਆਂ ਦੀ, ਔਰ ਦਿਲ ਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਜਿਸ ਵਕਤ ਸਾਡੀ ਬੱਚੀਆਂ ਕਿਸੇ ਵੀ ਪ੍ਰੋਗਰਾਮਾਂ ਦੇ ਵਿੱਚ ਜਿਸ ਵਕਤ ਪਾਰਟੀਸੀਪੇਟ ਕਰਦੀਆਂ ਜਿਹੜੀਆਂ ਸਿੱਖੀ ਦੇ ਨਾਲ ਜੁੜੀਆਂ ਹੋਣ, ਅਤੇ ਇਸ ਗੱਲ ਦਾ ਇੱਕ ਵਿਸ਼ਵਾਸ ਦਿਲ ਦੇ ਵਿੱਚ ਹੁੰਦਾ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹ ਇੱਕ ਬੜੇ ਸੇਫ ਹੈਂਡਸ ਦੇ ਵਿੱਚ ਹੈ। ਔਰ ਅੱਜ ਜਿਸ ਗੱਤਕਾ ਕੰਪੀਟੀਸ਼ਨ ਦਾ ਜਿਹੜਾ ਓਲੰਪਿਕ ਹੋਇਆ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਜਿੱਥੇ ਪਾਰਟੀਸੀਪੇਟ ਕੀਤਾ ਉਹਦੇ ਵਿੱਚ ਮੈਨੂੰ ਹੁਣੇ ਜ਼ੋਰਾਵਰ ਸਿੰਘ ਜੀ ਦੱਸ ਰਹੇ ਸੀ ਤਕਰੀਬਨ 100 ਦੇ ਕਰੀਬ ਜਿਹੜੇ ਇੱਥੇ ਜੇਤੂ ਬੱਚੇ ਨੇ ਉਹ ਮੈਡਲਸ ਜਿਨ੍ਹਾਂ ਨੂੰ ਪ੍ਰਾਪਤ ਹੋਏ ਨੇ, ਔਰ ਇਹ ਜਿਹੜਾ ਓਲੰਪਿਕ ਹੈ ਆਲ ਇੰਡੀਆ ਦੇ ਵਿੱਚੋਂ ਕਰਕੇ ਜਿਹੜੇ ਬੱਚੇ ਦਿੱਲੀ ਦੇ ਵਿੱਚੋਂ ਜਿਹੜੇ ਮੇਨ ਮਾਹਿਰ ਹੁੰਦੇ ਆ ਉਹਨਾਂ ਦਾ ਅੱਜ ਕੰਪੀਟੀਸ਼ਨ ਹੋਇਆ, ਔਰ ਜਿਹੜੇ ਸਥਾਨਾਂ ਤੇ ਤੁਸੀਂ ਪਹੁੰਚੋ ਇਹ ਤੁਹਾਡੀ ਆਪਣੀ ਅੰਤਕ ਪ੍ਰਯਾਸ, ਤੁਹਾਡੀ ਆਪਣੀ ਜਿਹੜੀ ਸੇਵਾ ਵੀ ਹੈ, ਔਰ ਮੈਂ ਸਮਝਦਾ ਕਿ ਤੁਹਾਡੀ ਜਿਹੜੀ ਮਿਹਨਤ ਹੈ ਉਹ ਅੱਜ ਸਫਲ ਹੋਈ ਹੈ। ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੀ ਸਾਨੂੰ ਇਹ ਦਾਤ ਬਖਸ਼ੀ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨੂੰ ਜਿੱਥੇ ਪ੍ਰਫੁੱਲਿਤ ਕੀਤਾ, ਇਸ ਗੱਤਕੇ ਦੇ ਜੋਹਰ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਅਸੀਂ ਇੱਕ ਟੀਚਾ ਲਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜਿਸ ਤਰ੍ਹਾਂ ਹੁਣ ਸਰਦਾਰ ਜ਼ੋਰਾਵਰ ਸਿੰਘ ਜੀ ਨੇ ਦੱਸਿਆ ਕਿ ਸਾਡੀ
ਕੋਸ਼ਿਸ਼ ਹੈ ਕਿ ਅਸੀਂ ਆਪਣੇ ਹਰ ਘਰ ਦੇ ਵਿੱਚ, ਹਰ ਮਹੱਲੇ ਦੇ ਵਿੱਚ ਆਪਣੇ ਬੱਚਿਆਂ ਨੂੰ ਇਸ ਜੌਹਰ ਦੇ ਨਾਲ ਜੋੜ ਕੇ ਰੱਖ ਸਕੀਏ, ਇਹਨਾਂ ਖੇਡਾਂ ਦੇ ਨਾਲ ਜੋੜ ਕੇ ਰੱਖ ਸਕੀਏ, ਕਿਉਂਕਿ ਇਹਦੇ ਵਿੱਚ ਸਾਡੇ ਦੋ ਮਕਸਦ ਪੂਰੇ ਹੁੰਦੇ ਆ। ਜਿੱਥੇ ਗੁਰੂ ਸਾਹਿਬਾਂ ਵੱਲੋਂ ਬਖਸ਼ੀ ਇੱਕ ਦਾਤ ਨੂੰ ਅਸੀਂ ਸਾਂਭ ਸਕਦੇ ਹਾਂ, ਇਹ ਬਾਣੀ ਦੇ ਅਤੇ ਨਾਲ ਬਾਣੇ ਦੇ ਨਾਲ ਜਿਹੜੀ ਜੋੜ ਕੇ ਰੱਖਦੀ ਹੈ, ਇਹ ਬਹੁਤ ਵੱਡੀ ਅੱਜ ਦੀ ਲੋੜ ਹੈ। ਅਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ, ਔਰ ਮੈਨੂੰ ਕਦੇ ਵੀ ਇਹ ਸਟੇਜਾਂ ਤੇ ਕਹਿੰਦੇ ਗੁਰੇਜ ਨਹੀਂ ਹੋਇਆ ਕਿ ਜਦ ਅਸੀਂ ਆਪਣਾ ਪੇਕਾ ਘਰ ਜਿਹਨੂੰ ਪੰਜਾਬ ਕਹਿੰਦੇ ਆ, ਜਦ ਉਹਦੇ ਵੱਲ ਝਾਤੀ ਮਾਰਦੇ ਸੀ ਕਿ ਉੱਥੇ ਜਿਸ ਤਰੀਕੇ ਦੇ ਨਾਲ ਪਤਿਤ ਪੁਣੇ ਨੇ ਆਪਣੇ ਪੈਰ ਪਸਾਰੇ ਹੈ, ਦਿੱਲੀ ਦੇ ਵਿੱਚ ਅਸੀਂ ਲੋਕਾਂ ਨੇ ਬਹੁਤ ਉਹਦੇ ਵਿੱਚ ਠੱਲ ਪਾਈ ਹੈ, ਔਰ ਉਹਦੇ ਵਿੱਚ ਤੁਹਾਡੇ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਅਗਰ ਇਸ ਪਤਿਤ ਪੁਣੇ ਨੂੰ ਰੋਕਣਾ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੀ ਇਸ ਵਿਰਾਸਤ ਨੂੰ ਸਾਂਭਣਾ ਜ਼ਰੂਰੀ ਹੈ। ਜੇ ਸਾਡੇ ਕੋਲੋਂ ਇਹੋ ਜਿਹੀ ਗਤਕੇ ਦੀ ਵਰਗੀਆਂ ਵਿਰਾਸਤ ਹੋਏ, ਅਸੀਂ ਆਪਣੀ ਮਾਂ ਬੋਲੀ ਦੇ ਨਾਲ ਜੁੜ ਕੇ ਰਹਿ ਸਕੀਏ ਰੱਖਾਂਗੇ, ਔਰ ਗੁਰਮੁਖੀ ਦੇ ਨਾਲ ਜੁੜ ਕੇ ਰਵਾਂਗੇ। ਮੈਂ ਸਮਝਦਾ ਕਿ ਇਹ ਪ੍ਰੋਗਰਾਮ ਇਸ ਕਰਕੇ ਘਰ ਘਰ ਤੱਕ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ, ਔਰ ਇਹ ਸਾਰੇ ਵੀਰ ਸਾਡੇ ਸੁਰਿੰਦਰ ਸਿੰਘ ਜੀ ਹੰਸਪਾਲ ਬਹੁਤ ਪੁਰਾਣੇ ਗਤਕੇ ਦੇ ਨਾਲ ਜੁੜੇ ਆ, ਮੈਂ ਇਹਨਾਂ ਨੂੰ ਤਕਰੀਬਨ ਪਿਛਲੇ 20-25 ਸਾਲਾਂ ਤੋਂ ਜਾਣਦਾ, ਔਰ ਰੂਬੀ ਜੀ ਔਰ ਸਰਦਾਰ ਜ਼ੋਰਾਵਰ ਸਿੰਘ ਜੀ, ਗੁਰਮੀਤ ਜੀ, ਇਹ ਸਾਰਿਆਂ ਦਾ ਬਹੁਤ ਵੱਡਾ ਇੱਕ ਯੋਗਦਾਨ ਵੀ ਹੈ, ਔਰ ਮੈਂ ਸਮਝਦਾ ਕਿ ਜ਼ਿੰਮੇਵਾਰੀ ਵੀ ਹੈ ਕਿ ਅਸੀਂ ਐਸੀ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਘਰ ਘਰ ਤੱਕ ਪਹੁੰਚਾਉਣ ਵਾਸਤੇ ਇਸ ਗਤਕੇ ਨੂੰ ਉਪਰਾਲੇ ਕਰਦੇ ਰਹੀਏ, ਔਰ ਇਹਦੇ ਵਿੱਚ ਜਿਹੜਾ ਵੀ ਸਹਿਯੋਗ ਤੁਹਾਨੂੰ ਚਾਹੀਦਾ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ, ਔਰ ਅਸੀਂ ਆਪਣੇ ਬੱਚਿਆਂ ਦੇ ਲਈ ਜੋ ਵੱਧ ਤੋਂ ਵੱਧ ਕਰ ਸਕਾਂਗੇ ਅਸੀਂ ਉਹਦੇ ਲਈ ਹਮੇਸ਼ਾ ਤੁਹਾਡੇ ਨਾਲ ਸਹਿਯੋਗੀ ਬਣ ਕੇ ਕੰਮ ਕਰਾਂਗੇ। ਕਾਰਜ ਤੁਸੀਂ ਕਰਨੇ ਹੈ, ਪ੍ਰੋਗਰਾਮ ਤੁਸੀਂ ਬਣਾਉਣੇ ਹੈ, ਕੰਪੀਟੀਸ਼ਨ ਤੁਸੀਂ ਰੱਖਣਾ, ਔਰ ਉਹਦੇ ਵਿੱਚ ਬੱਚਿਆਂ ਨੂੰ ਪ੍ਰੇਰਿਤ ਕਰਕੇ ਪਾਰਟੀਸਪੇਟ ਕਰਵਾਉਣਾ, ਇਹ ਤੁਹਾਡਾ ਕੰਮ ਹੈ। ਸਹਿਯੋਗੀ ਬਾਹ ਬਣ ਕੇ ਜਿਹੜਾ ਵੀ ਕੰਮ ਕਰ ਸਕਾਂਗੇ, ਉਹ ਦਿੱਲੀ ਕਮੇਟੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ। ਸੋ ਮੈਂ ਸਾਰੇ ਬੱਚੇ ਜਿਹੜੇ ਅੱਜ ਇੱਥੇ ਜੇਤੂ ਨੇ, ਜਿਹੜੇ ਨਹੀਂ ਵੀ ਜਿੱਤਦੇ ਮਗਰ ਮੈਂ ਸਮਝਦਾ ਕਿ ਉਹਨਾਂ ਨੇ ਇਸ ਬਾਣੀ ਅਤੇ ਬਾਣੇ ਦਾ ਸਤਿਕਾਰ ਕਰਦੇ ਉਹਨੂੰ ਸਾਂਭਿਆ, ਮੈਂ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਕਮੇਟੀ ਵੱਲੋਂ ਸੰਤ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਮਾਤਾ ਸੁੰਦਰੀ ਸਾਹਿਬ ਵਿਖੇ ਸਟਾਫ ਕੁਆਟਰਾਂ ਲਈ ਲੈਂਟਰ ਦੀ ਸੇਵਾ ਕਰਵਾਈ ਜਾ ਰਹੀ ਹੈ, ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਉੱਥੇ ਹੀ ਸੰਗਤਾਂ ਨੂੰ ਵੱਧ ਚੜ੍ਹ ਕੇ ਸੇਵਾ ਕਰਨ ਦੀ ਵੀ ਗੱਲ ਕਹੀ। ਤੇ ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬੀਤੇ ਦਿਨ ਖਜਾਨ ਬਸਤੀ ਮਾਇਆਪੁਰੀ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਗੁਰਦੁਆਰਾ ਕਮੇਟੀ ਵੱਲੋਂ ਸ਼ਖਸ ਨੂੰ ਪੁਲਿਸ ਦੇ ਹਵਾਲੇ ਕਰ FIR ਲਾਂਚ ਕਰਵਾਈ ਗਈ। ਉੱਥੇ ਹੀ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨਾਲ ਇਸ ਮਸਲੇ 'ਤੇ ਸਾਡੇ ਸਹਿਯੋਗੀ ਨੇ ਖਾਸ ਗੱਲਬਾਤ ਵੀ ਕੀਤੀ। ਗੁਰਦੁਆਰਾ ਸਾਹਿਬ ਜੀ, ਮੈਂ ਰਹਿਰਾ ਸਾਹਿਬ ਜੀ ਦਾ ਪਾਠ ਕਰ ਰਿਹਾ ਸੀਗਾ, ਉਸ ਵੇਲੇ ਇੱਕ ਵਿਅਕਤੀ ਅਣਪਛਾਤਾ ਆਉਂਦਾ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ, ਅਤੇ ਆਉਂਦੇ ਸਾਰ ਹੀ ਅਤੇ ਉਹਨੇ ਕਿਹਾ ਹਮੇ ਹਿੰਦੂ ਰਾਸ਼ਟਰ ਚਾਹੀਏ ਜੀ। ਆਉਂਦੇ ਸਾਰ ਦੋ ਤਿੰਨ ਵਾਰੇ ਨਾਰੇ ਲਾਉਂਦਾ ਹੈ, ਉਹਦੇ ਬਾਅਦ ਆਪਣੇ ਪੈਂਟ ਖੁੱਲ੍ਹ ਕੇ ਅਤੇ ਆਪਣਾ ਨੰਗ ਵਸਤਰ ਹੋ ਕੇ ਅਤੇ ਗੁਰੂ ਸਾਹਿਬ ਦੇ ਹਜ਼ੂਰੇ ਗੋਡੇ ਭਾਰ ਬਹਿ ਜਾਂਦਾ। ਉਹਦੇ ਬਾਅਦ ਆਪਣੇ ਹੱਥ 'ਤੇ ਤਲੀ 'ਤੇ ਅੱਗ ਲਾ ਕੇ ਅਤੇ ਉਹਨੇ ਆਪਣੇ ਅੱਗ ਗੁਰਦੁਆਰਾ ਸਾਹਿਬ ਨੂੰ ਲਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਬਾਅਦ 'ਚ ਇੰਨੇ ਸਾਡਾ ਸੇਵਾਦਾਰ ਆ ਗਿਆ ਜੀ, ਜਿਹੜੇ ਵੀਰ ਜੀ ਪਾਠ ਸੁਣਨੇ ਸੀ ਉਹ ਸੇਵਾਦਾਰ ਨੂੰ ਬੁਲਾਇਆ, ਸੇਵਾਦਾਰ ਸਾਰੇ ਫੜ ਕੇ ਜੀ ਉਹਨੂੰ ਥੱਲੇ ਲਿਆਏ
ਅਤੇ ਥੱਲੇ ਆ ਕੇ ਪ੍ਰਧਾਨ ਸਾਹਿਬ ਨੂੰ ਸਾਰੀ ਸੰਗਤਾਂ ਨੂੰ ਫੋਨ ਕਰਕੇ ਬੁਲਾਇਆ ਵੀ ਇਸ ਤਰ੍ਹਾਂ ਇਹ ਵਿਅਕਤੀ ਗੁਰਦੁਆਰਾ ਸਾਹਿਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੱਢਿਆ, ਗੁਰਦੁਆਰਾ ਸਾਹਿਬ ਵੈਦ ਵੀ ਕਰਨ ਦੀ ਕੋਸ਼ਿਸ਼ ਕੀਤੀ ਉਹਨੇ, ਅਤੇ ਜੀ ਫਿਰ ਇਹਨੇ ਸਾਰੀ ਸੰਗਤ ਇਕੱਠੀ ਹੋ ਕੇ ਉਸ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਦੀ ਜਿਹੜੀ ਘਟਨਾ ਦੀ ਵਾਪਰੀ ਹੈ ਉਸ ਨੂੰ ਲੈ ਕੇ ਕੀ ਜਾਣਕਾਰੀ ਹੈ? ਕਾਲੋ ਸਾਹਿਬ ਬਹੁਤ ਬਹੁਤ ਸਵਾਗਤ ਹੈ। ਇਹ ਆਖਰ ਹੋਇਆ ਕੀ ਹੈ ਮਾਮਲਾ ਮਾਇਆਪੁਰੀ ਦੇ ਵਿੱਚ? ਮਾਇਆਪੁਰੀ ਖਜਾਨ ਬਸਤੀ ਇੱਕ ਕਲੋਨੀ ਹੈ ਜਿੱਥੇ ਜ਼ਿਆਦਾਤਰ ਸਕਰੈਪ ਦਾ ਕੰਮ ਹੁੰਦਾ ਹੈ, ਔਰ ਉੱਥੇ ਇੱਕ ਪੁਰਾਣਾ ਪਹਿਲੇ ਤੋਂ ਹੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਪਹਿਲੇ ਕਿਉਂਕਿ ਉੱਥੇ ਕਾਫੀ ਵਸੋਂ ਹੁੰਦੀ ਸੀ ਸਿੱਖਾਂ ਦੀ, ਅੱਜ ਕੱਲ੍ਹ ਘੱਟ ਹੈ। ਅਤੇ ਉਸ ਗੁਰਦੁਆਰਾ ਦੇ ਅੰਦਰ ਸ਼ਾਮ ਦੇ 6:30 ਵਜੇ ਜਿਸ ਵੇਲੇ ਰਹਿਰਾ ਸਾਹਿਬ ਦਾ ਪਾਠ ਆਰੰਭ ਹੋਇਆ, ਉਸ ਵੇਲੇ ਇੱਕ ਸ਼ਖਸ ਜਿਹੜਾ ਕਿ ਉਸ ਲੋਕੈਲਿਟੀ ਦਾ ਹੀ ਰਹਿਣ ਵਾਲਾ ਸੀ, ਉਸ ਦਾ ਨਾਮ ਵੀ ਬਾਅਦ ਦੇ ਵਿੱਚ ਪਤਾ ਲੱਗਿਆ ਯੋਗੇਸ਼ ਕੁਮਾਰ ਨਾਮ ਹੈ, ਅੰਦਰ ਗਿਆ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਜਾ ਕੇ ਪਹਿਲੇ ਤਾਂ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣੀ ਪੈਂਟ ਉਤਾਰ ਦਿਆਂ, ਔਰ ਉਸ ਤੋਂ ਬਾਅਦ ਉਹਨੇ ਆਪਣੇ ਉਹਦੀ ਜੇਬ 'ਚ ਕੋਈ ਕੱਪੜਾ ਸੀ ਉਹ ਕੱਪੜਾ ਕੱਢਿਆ, ਜੇਬ ਦੇ ਵਿੱਚ ਲਾਈਟਰ ਸੀ ਉਹ ਲਾਈਟਰ ਕੱਢਿਆ, ਅਤੇ ਲਾਈਟਰ ਕੱਢ ਕੇ ਉਸਨੂੰ ਉਹਦੇ ਨਾਲ ਅੱਗ ਲਗਾ ਕੇ, ਔਰ ਇਹ ਕਹਿੰਦਾ ਕਿ ਮੈਂ ਹੁਣ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਉਣ ਲੱਗਾ। ਇੰਨੀ ਦੇਰ ਤੱਕ ਉੱਥੇ ਸੇਵਾਦਾਰ ਦੂਸਰੇ, ਇੱਕ ਤੇ ਗ੍ਰੰਥੀ ਸਾਹਿਬ ਪਾਠ ਕਰ ਰਹੇ ਸੀ, ਦੂਸਰੇ ਸੇਵਾਦਾਰ ਸੀ, ਉਹਨਾਂ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸੀ ਉਹਨਾਂ ਨੂੰ ਫੋਨ ਕੀਤਾ, 5 ਮਿੰਟ ਦੇ ਵਿੱਚ ਉੱਥੇ ਆ ਗਏ। ਇਨ ਦੀ ਮੇਨ ਟਾਈਮ ਹੋਰ ਜਿਹੜੇ ਸ਼ਰਧਾਲੂ ਉੱਥੇ ਹੈਗੇ ਸੀ ਉਹਨਾਂ ਨੇ ਆਸ ਪਾਸ ਉਹਨੂੰ ਫਟਾਫਟ ਪਕੜਨ ਦੀ ਕੋਸ਼ਿਸ਼ ਕੀਤੀ, ਪਕੜਿਆ ਕਿਉਂਕਿ ਫਸਟ ਫਲੋਰ ਤੇ ਗੁਰਦੁਆਰਾ ਸਾਹਿਬ ਨੂੰ ਥੱਲੇ ਲੈ ਕੇ ਆਏ। ਆ ਕੇ ਜਿਸ ਵੇਲੇ ਉਹਦੀ ਤਲਾਸ਼ੀ ਵਗੈਰਾ ਕੀਤੀ, ਉਹਦੇ ਜੇਬ ਦੇ ਵਿੱਚੋਂ ਤੰਬਾਕੂ, ਬੀੜੀ, ਸਿਗਰਟ, ਇਹ ਕੋਈ ਰਾਮ ਮੰਦਿਰ ਦਾ ਝੰਡਾ ਵੀ ਉਹਦੀ ਜੇਬ ਚੋਂ ਨਿਕਲਿਆ, ਔਰ ਇਸ ਤਰ੍ਹਾਂ ਦੀ ਉਹਨੇ ਹਰਕਤ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕੀਤੀ, ਔਰ ਨੀਚੇ ਆ ਕੇ ਉਹਨੇ ਕਾਫੀ ਕੁਝ ਬੋਲਦਾ ਰਿਹਾ, ਕਦੀ 84 ਦੇ ਉੱਤੇ ਤਾਂ ਕਸਨੇ, ਇੱਦਾਂ ਦੀ ਕੋਈ ਗੱਲ ਕਰਦਾ ਰਿਹਾ। ਫਿਰ ਜਿਹੜੇ ਸਿੰਘ ਸੀ ਜਿਨ੍ਹਾਂ ਨੇ ਫੜਿਆ ਸੀ ਉਹਨਾਂ ਨੇ ਚਲੋ ਆਪਣਾ ਥੋੜਾ ਬਹੁਤ ਗੁੱਸਾ ਵੀ ਕੱਢਿਆ। ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ, ਪੁਲਿਸ ਨੇ ਪਹਿਲੇ ਚੌਂਕੀ ਚ ਲੈ ਗਏ, ਲੇਕਿਨ ਸੰਗਤ ਜ਼ਿਆਦਾ ਇਕੱਠੀ ਹੋ ਗਈ ਸੀ ਤਾਂ ਤੱਕ, ਤੇ ਜਦੋਂ ਸੰਗਤਾਂ ਦਾ ਰੋਸ਼ ਦੇਖਿਆ ਉਹਨਾਂ ਨੇ, ਤੇ ਉਹਨਾਂ ਨੂੰ ਡਰ ਲੱਗਿਆ ਵੀ ਕੋਈ ਜ਼ਿਆਦਾ ਕੋਈ ਹਾਲਾਤ ਨਾ ਵਿਗੜ ਜਾਣ, ਫਿਰ ਉਹਨਾਂ ਨੂੰ ਥਾਣੇ ਲੈ ਗਏ ਮਾਇਆਪੁਰੀ। ਤਦ ਤੱਕ ਮੈਂ ਕਿਸੇ ਫੰਕਸ਼ਨ ਤੇ ਜਾ ਰਿਹਾ ਸੀ, ਮੇਰੇ ਕੋਲ ਫੋਨ ਆਇਆ ਤੇ ਮੈਂ ਤੁਰੰਤ ਉੱਥੇ ਪਹੁੰਚਿਆ ਥਾਣੇ 'ਚ। ਥਾਣੇ 'ਚ ਜਾ ਕੇ ਪਹੁੰਚ ਕੇ ਤਦ ਤੱਕ ACP ਸਾਹਿਬ ਵੀ ਮੌਕੇ ਤੇ ਆ ਗਏ ਸੀ, ਲੋਕਲ ਥਾਣੇ ਦਾ SHO। ਫਿਰ ਅਸੀਂ ਉਹਨਾਂ ਨਾਲ ਗੱਲ ਕੀਤੀ, ਦੱਸਿਆ ਕਿ ਵੀ ਇਹ ਜਿਹੜੀ ਘਟਨਾ ਹੋਈ ਆ ਇਹ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਕੋਈ ਕੰਪਰੋਮਾਈਜ਼ ਨਹੀਂ, ਇਸ ਸ਼ਖਸ ਦੇ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਤੇ ACP ਸਾਹਿਬ ਨੇ ਜਦੋਂ ਦੇਖਿਆ ਕਿ ਸੰਗਤਾਂ ਦਾ ਇੰਨਾ ਪ੍ਰੈਸ਼ਰ ਹੈ, ਇੰਨਾ ਵੱਡੀ ਗਿਣਤੀ ਦੇ ਵਿੱਚ ਉੱਥੇ ਨੌਜਵਾਨ ਇਕੱਠੇ ਹੋ ਗਏ ਸੀ, ਤੇ ਕਿਉਂਕਿ ਅਸੀਂ ਵੀ ਮੌਕੇ ਦੇ ਉੱਤੇ ਪਹੁੰਚ ਗਏ, ਸਾਡੇ ਹੋਰ ਮੈਂਬਰ ਸਾਹਿਬ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਕੇ ਤੇ ਪਹੁੰਚ ਗਏ, ਤੇ ਅਸੀਂ ਜਾ ਕੇ ਫਿਰ ਉਸ ਦੇ ਉੱਤੇ ਜਦੋਂ ਪ੍ਰੈਸ਼ਰ ਬਣਾਇਆ ਤੇ ਫਿਰ ACP ਨੂੰ ਇਹ ਗੱਲ ਐਕਸੈਪਟ ਕਰਨੀ ਪਈ ਕਿ ਹਾਂ ਇਸ ਨੇ ਗਲਤ ਕੀਤਾ ਹੈ, ਔਰ ਇਹ ਬੇਅਦਬੀ ਵੀ ਹੋਈ ਹੈ, ਇਹਦੇ ਉੱਤੇ ਜੋ ਐਕਸ਼ਨ ਹੈ ਹੋਏਗਾ। ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਕਿਹੜੀਆਂ ਕਿਹੜੀਆਂ ਲੀਗਲ ਧਾਰਾਵਾਂ ਜਿਹੜੀਆਂ ਉਹਦੇ ਉੱਤੇ ਲੱਗਣੀਆਂ ਚਾਹੀਦੀਆਂ, ਜਿਹਦੇ ਵਿੱਚ 153, 153 ਏ, 293, 295 ਏ, 296, 506, 509, ਇਹ ਸਾਰੀਆਂ ਧਾਰਾਵਾਂ ਉਹਦੇ ਉੱਤੇ ਲਗਾ ਕੇ 9 ਧਾਰਾ ਲੱਗੀਆਂ, ਔਰ ਉਸਨੂੰ ਬੰਦ ਕਰਾਇਆ ਰਾਤੀ 12 ਵਜੇ FIR ਲੈ ਕੇ ਉਸਨੂੰ ਬੰਦ ਕਰਾਇਆ। ਅਗਲੇ ਦਿਨ ਉਹਨੂੰ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਸੀ, ਜਿੱਥੇ ਕਿ ਕੋਈ ਉਹਨੂੰ ਜ਼ਮਾਨਤ, ਕਿਉਂਕਿ ਸਾਡੇ ਵਕੀਲ ਵੀ ਉਸ ਉਹਨਾਂ ਨੇ ਅਪੋਜ਼ ਵੀ ਕੀਤੀ ਇਸ ਗੱਲ ਦੀ, ਤੇ ਉਹਨੂੰ ਕੋਈ ਜ਼ਮਾਨਤ ਨਹੀਂ ਹੈ, ਫਿਲਹਾਲ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ। ਖਾਲ ਸਾਹਿਬ, ਇਹ ਅਕਸਰ ਚੀਜ਼ਾਂ ਨਾ ਦੇਖਣ ਨੂੰ ਮਿਲਦੀਆਂ ਨੇ ਕਿ ਇਹ ਕਹਿ ਦਿੱਤਾ ਜਾਂਦਾ ਅਖੀਰ 'ਚ ਕਿ ਇਹ ਪਾਗਲ ਸੀ, ਇਹਦਾ ਦਿਮਾਗ ਖਰਾਬ ਹੈ, ਅਸੀਂ ਦਰਬਾਰ ਸਾਹਿਬ ਤੋਂ ਲੈ ਕੇ ਪਟਿਆਲਾ ਦਾ ਗੁਰਦੁਆਰਾ ਸਾਹਿਬ, ਇੱਥੋਂ ਤੱਕ ਕਿ ਦਮਦਮਾ ਸਾਹਿਬ ਵੀ ਅਸੀਂ ਦੇਖਿਆ ਬਠਿੰਡੇ, ਉੱਥੇ ਵੀ ਇਹੀ ਜਿਹੀ ਹਰਕਤ ਹੋਈ ਹੈ, ਅਨੰਦਪੁਰ ਸਾਹਿਬ ਹੋਈ, ਅਖੀਰ 'ਚ ਇੱਕ ਜਿਹੜਾ ਸਿੱਟਾ ਨਿਕਲਦਾ ਕਿ ਦਿਮਾਗ ਖਰਾਬ ਹੈ। ਇਹ ਸਾਰੇ ਦਿਮਾਗ ਖਰਾਬ ਵਾਲੇ ਗੁਰਦੁਆਰਾ ਸਾਹਿਬ ਕਿਉਂ ਵੜਦੇ ਆ?
ਬਿਲਕੁਲ ਇਹ ਗੱਲ ਸਹੀ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਆਨੰਦਪੁਰ ਸਾਹਿਬ, ਦਰਬਾਰ ਸਾਹਿਬ, ਸਾਰੀ ਜਗ੍ਹਾ ਤੇ ਘਟਨਾਵਾਂ ਵਾਪਰੀਆਂ, ਹੋਰ ਬਹੁਤ ਸਾਰੇ ਸਿੰਘ ਸਭਾਵਾਂ ਗੁਰਦੁਆਰਿਆਂ ਚ ਵੀ ਐਸੀਆਂ ਘਟਨਾਵਾਂ ਵਾਪਰੀਆਂ। ਔਰ ਜਦੋਂ ਘਟਨਾ ਵਾਪਰਦੀ ਹੈ, ਈਵਨ ਬੰਗਲਾ ਸਾਹਿਬ ਵੀ ਇੱਕ ਦੋ ਵਾਰੀ ਇਸ ਤਰ੍ਹਾਂ ਦੇ ਇੰਸੀਡੈਂਟ ਹੋ ਗਏ, ਜਦੋਂ ਅਸੀਂ ਉਨ੍ਹਾਂ ਨੂੰ ਪਕੜਿਆ ਤੇ ਬਾਅਦ ਦੇ ਵਿਚ ਇਹ ਪਤਾ ਲੱਗਿਆ ਕਿ ਇਹਦੇ ਘਰ ਵਾਲੇ ਆ ਗਏ ਕਿ ਕਾਗਜ਼ ਲੈ ਕੇ ਕਿ ਜੀ ਇਹ ਦਿਮਾਗੀ ਤੌਰ ਦੇ ਉੱਤੇ ਠੀਕ ਨਹੀਂ ਹੈ। ਪਰ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਇਹ ਗੱਲ ਨਾ ਕਿਸੇ ਮੰਦਿਰ, ਨਾ ਮਸਜਿਦ, ਨਾ ਕਿਸੇ ਚਰਚ, ਗਿਰਜਾ ਘਰ ਚ ਕਿਤੇ ਨਹੀਂ ਹੁੰਦੀ। ਸਿੱਖ ਧਰਮ ਐਸਾ ਹੈ ਜਿਹੜਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ, ਲੇਕਿਨ ਇਹ ਲੋਕ ਆ ਕੇ ਔਰ ਗੁਰੂ ਘਰ ਦੇ ਵਿਚ ਹੀ ਆ ਕੇ ਔਰ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਜਾਂ ਤੇ ਇਹ ਹੋ ਸਕਦਾ ਕਿ ਸੋਚੀ ਸਮਝੀ ਚਾਲ ਹੈ ਕਿ ਉਸ ਨੂੰ ਪਹਿਲੇ ਡਿਕਲੇਅਰ ਕਰਾ ਦਿਓ, ਪਹਿਲੇ ਉਹਦੇ ਡਾਕੂਮੈਂਟਸ ਬਣਾ ਦਿਓ ਤਾਂ ਕਿ ਕੋਈ ਬਾਅਦ ਦੇ ਵਿਚ ਘਟਨਾ ਪਕੜੇ ਜਾਓ ਤੇ ਫਿਰ ਇਹ ਡਿਕਲੇਅਰ ਕਰ ਦਿਓ। ਇਹਦੇ ਪਿੱਛੇ ਕੋਈ ਸਾਜਿਸ਼ ਵੀ ਹੋ ਸਕਦੀ ਆ, ਇਹ ਤੇ ਸਾਰਾ ਤਹਿਕੀਕਾਤ ਦਾ ਮਸਲਾ, ਅਸੀਂ ਤਹਿਕੀਕਾਤ ਕਰਾ ਵੀ ਰਹੇ ਹਾਂ। ਪਰ ਇਹ ਜ਼ਰੂਰ ਹੈ ਕਿ ਇਹ ਸੱਚਾਈ ਹੈ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤੇ ਬਾਅਦ ਦੇ ਵਿਚ ਉਹਦਾ ਰਿਜ਼ਲਟ ਇਹ ਨਿਕਲਦਾ ਕਿ ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ। ਇਸ ਤਰ੍ਹਾਂ ਦੀਆਂ ਘਟਨਾ ਅਕਸਰ ਦੇਖਣ ਨੂੰ ਮਿਲਦੀਆਂ, ਪਰ ਇਹ ਬਹੁਤ ਮੰਦਭਾਗੀ ਗੱਲ ਹੈਗੀ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੀ ਹੁਣ ਇਸ ਨੂੰ ਲੈ ਕੇ ਕੋਈ ਮੈਜ਼ਰਮੈਂਟ ਲੈ ਰਹੀ ਹੈ, ਕਦਮ ਚੁੱਕ ਰਹੇ ਹੋ ਗੁਰਦੁਆਰਿਆਂ ਚ ਸੁਰੱਖਿਆ ਨੂੰ ਲੈ ਕੇ? ਨਹੀਂ, ਅਸੀਂ ਤੇ ਸਮੇਂ ਸਮੇਂ ਦੇ ਉੱਤੇ ਜਿਹੜੀਆਂ ਮੀਟਿੰਗਾਂ ਦੇ ਵਿਚ ਵੀ ਹਰ ਜਗ੍ਹਾ ਦੇ ਉੱਤੇ ਸਿੰਘ ਸਭਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇਹ ਕਹਿੰਦੇ ਰਹਿੰਦੇ ਆ ਕਿ ਆਪਣਾ ਜਿਹੜਾ ਸੁਰੱਖਿਆ ਦਾ ਪ੍ਰਬੰਧ ਹੈ ਉਹ ਜ਼ਰੂਰ ਹੋਣਾ ਚਾਹੀਦਾ, ਖਾਸ ਕਰਕੇ ਸੁਖਾਸਨ ਸਾਹਿਬ ਦਾ ਜਿਹੜਾ ਕਮਰਾ ਹੈ ਜਾਂ ਜਿੱਥੇ ਤਾਬਿਆ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ਮਾਨ ਹੈ, ਉਸ ਜਗ੍ਹਾ ਦੇ ਉੱਤੇ ਜਿਹੜੀ ਸੁਰੱਖਿਆ 24 ਘੰਟੇ ਦੀ ਜਿਹੜੀ ਹੋਣੀ ਜ਼ਰੂਰੀ ਹੈ। ਔਰ ਇਸ ਤੁਹਾਡੇ ਮਾਧਿਅਮ ਦੇ ਨਾਲ ਵੀ ਮੈਂ ਸਾਰੀਆਂ ਨਾ ਕੇਵਲ ਦਿੱਲੀ ਬਲਕਿ ਜਿੱਥੇ ਜਿੱਥੇ ਵੀ ਵਿਸ਼ਵ ਭਰ ਦੇ ਵਿਚ ਸੰਗਤ ਜਿਹੜੀ ਸੁਣ ਰਹੀ ਹੈ ਉਨ੍ਹਾਂ ਨੂੰ ਵੀ ਮੈਂ ਇਹ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿੱਥੇ ਵੀ ਬਿਰਾਜਮਾਨ ਹੈ ਉੱਥੇ ਆਪਣੇ ਜਿਹੜੇ ਸੇਵਾਦਾਰ ਹੈ ਉਹ ਹਰ ਸਮੇਂ ਮੌਜੂਦ ਹੋਣ, ਇਹ ਯਕੀਨਨ ਬਣਾਇਆ ਜਾਏ ਔਰ ਪ੍ਰੋਪਰ ਲੋਕ ਐਂਡ ਕੀ ਰਾਤ ਦਾ ਸੁਖਾਸਨ ਸਾਹਿਬ ਦਾ ਕਮਰਾ, ਉਸ ਦੀ ਸੁਰੱਖਿਆ ਜਿਹੜੀ ਹਰ ਚੀਜ਼ ਜਿਹੜੀ ਆ ਜ਼ਰੂਰੀ ਹੋਵੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ। ਬਹੁਤ ਧੰਨਵਾਦ। ਤੇ ਇਹ ਸਨ ਸਾਡੇ ਨਾਲ ਜਗਦੀਪ ਸਿੰਘ ਕਾਲੋ, ਕੈਮਰਾਮੈਨ ਕਮਲ ਦੇ ਨਾਲ ਹਰਪ੍ਰੀਤ ਸਿੰਘ, PTC ਨਿਊਜ਼ ਦਿੱਲੀ। ਤੇ ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਆ ਛੋਟੀ ਜੀ ਬ੍ਰੇਕ ਤੋਂ ਬਾਅਦ। ਦਿੱਲੀ ਯੂਨੀਵਰਸਿਟੀ ਦੇ ਅਧੀਨ ਆਉਂਦੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੀ ਨਵੀਂ ਗਵਰਨਿੰਗ ਬਾਡੀ ਦਾ ਗਠਨ ਕੀਤਾ ਗਿਆ। ਸਾਬਕਾ ਮੈਂਬਰ ਪਾਰਲੀਮੈਂਟ ਤਰਲੋਚਨ ਸਿੰਘ ਅਤੇ ਇੰਦਰਬੀਰ ਸਿੰਘ ਨੂੰ ਚੇਅਰਮੈਨ ਅਤੇ ਖਜ਼ਾਨਚੀ ਨਿਯੁਕਤ ਕੀਤਾ ਗਿਆ, ਜਿਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਅਤੇ ਜਨਰਲ ਸਕੱਤਰ ਵੀ ਮੌਜੂਦ ਰਹੇ। ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਵਿਖੇ ਯੂਥ ਫੈਸਟੀਵਲ ਦਾ ਆਯੋਜਨ ਕਰਵਾਇਆ ਗਿਆ, ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ, ਜਿੱਥੇ ਕਮੇਟੀ ਪ੍ਰਧਾਨ ਵੱਲੋਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਣ ਦੀ ਗੱਲ ਕਹੀ, ਉੱਥੇ ਹੀ ਸਿੱਖ ਪੰਥ ਦੇ ਅਮੀਰ ਵਿਰਸੇ ਦੇ ਨਾਲ ਜੁੜਨ ਦੀ ਵੀ ਗੱਲ ਕਹੀ। ਤੇ ਇਹ ਸਨ ਇਸ ਹਫਤੇ ਦੀਆਂ ਗੂੰਜਾਂ ਸਿੱਖ ਵਿਰਸੇ ਦੀਆਂ। ਅਗਲੇ ਹਫਤੇ ਹੋਰ ਨਵੀਂ ਖਬਰਾਂ ਤੇ ਜਾਣਕਾਰੀਆਂ ਦੇ ਨਾਲ ਹਾਜ਼ਰ ਹੋਵਾਂਗੇ। ਦਵੋ ਇਜਾਜ਼ਤ, ਸਤਿ ਸ੍ਰੀ ਅਕਾਲ।